Pajó. ਚਲੋ ਚੱਲ ਸ਼ਾਬਾਸ਼ ਕਮਲ ਤੇਜ। ਇਹ ਛੋਟੇ ਛੋਟੇ ਬੱਚੇ ਜਸਰੀਤ ਕੌਰ, ਅੰਬਰ ਕੌਰ, ਕਮਨ ਸਿੰਘ, ਸ਼ਾਬਾ ਜ਼ੋਰ ਲਾਗੇ, ਇਹਨਾਂ ਜ਼ੋਰ ਲਾਗੇ, ਹਰਪਾਲ ਸਿੰਘ ਜ਼ੋਰ ਲਾ ਦੇ ਜ਼ੋਰ, ਸ਼ਾਬਾ ਜ਼ੋਰ ਲਾਗੇ ਹੋਰ। ਹਾਂਜੀ ਪੈਰ ਤਿਲਕਦਾ ਥੋੜਾ ਜਿਹਾ ਧਿਆਨ ਨਾਲ ਚੱਲਿਓ, ਘਾਹ ਗਿੱਲਾ ਆ। ਆਜੋ ਜੀ ਆਜੋ, ਜਲਦੀ ਆਜੋ ਜਲਦੀ। ਆ ਚੰਦ ਬੁੱਕਲ ਖੋਲ ਕੇ ਤੇ ਮੈਦਾਨ ਚ ਜਾਓ, ਤੁਹਾਡਾ ਕੰਪੀਟੀਸ਼ਨ ਤੈਅ ਹੋ ਗਿਆ। ਨਿਊ ਬੈਸਟ ਬੀਬੀਆਂ ਦੇ ਬਰਸਿਆਂ ਦੀ ਫਾਈਟ ਹੋਣੀ ਆ। ਨਿਊ ਬੈਸਟ ਸੰਗਤ ਨੇ ਆਉਣਾ ਤੇ ਉੱਥੇ ਬਰਸੇ ਮਾਰਨਾ ਬੀਬੀਆਂ ਦੇ ਸਿੰਘਾਂ ਨੇ, ਤੇ ਵੱਡੀ ਸਟੇਜ ਦੇ ਉੱਤੇ ਪ੍ਰਾਈਜ਼ ਮਿਲਣਾ। ਹਾਂਜੀ 23 ਤਰੀਕ ਆਉਂਦੀ ਆ, 23 ਤਰੀਕ 23 ਤਰੀਕ ਨੂੰ ਗੁਰਦੁਆਰਾ ਸੁੱਖ ਸਾਗਰ ਨਿਊ ਬੈਸਟ, ਉੱਥੇ ਘੋੜੇ ਵੀ ਲੱਗਣੇ ਆ ਤੇ ਉੱਥੇ ਗੱਤਕਾ ਵੀ ਹੋਣਾ ਤੇ ਬੀਬੀਆਂ ਦਾ ਕੰਪੀਟੀਸ਼ਨ ਹੋਣਾ ਬਰਸੇ ਮਾਰਨ ਦਾ ਤੇ ਸਿੰਘਾਂ ਦਾ। ਉੱਧਰ ਰਹਿ ਗਿਆ ਸੀ ਉਹ ਪੂਰਾ ਕਰਾਉਣਾ, ਤੇ ਤੁਹਾਡੇ ਸਾਹਮਣੇ ਬੀਬੀਆਂ ਹੁਣ ਆ ਗਈਆਂ ਗੱਤਕਾ ਗੱਲ। ਇਹਨਾਂ ਨੂੰ ਕਰ ਲੈਣ ਦਿਓ, ਫੇਰ ਕਰਿਓ। ਹਾਂਜੀ ਇੱਕ ਬੰਦੇ RCMP ਵਾਲੇ, ਇੱਕ ਬੰਦੇ ਟਰੱਕ ਵਾਲਾ, ਇੱਕ ਬੰਦੇ ਪੁਲਿਸ, ਇੱਕ ਬੰਦੇ ਟਰੱਕ ਡਰਾਈਵਰ, ਬਸ ਫਤਿਹ ਦੋਨੇ ਜਿਹੜੀ ਵਾਲੇ ਆ। ਹਾਂਜੀ ਆਜੋ ਭੈਣ ਜੀ, ਆਜੋ ਜੀ ਆਜੋ ਆਜੋ। ਹਾਂਜੀ ਹੁਣ ਹਰਦੀਪ ਸਿੰਘ ਨਿੰਜਾ ਬਰਸਾ ਫਰਾਈ, ਇਸ ਸਾਲ ਦਾ 2024 ਦਾ ਸਿੱਖ ਵਾਰੀਅਰ ਬਣਿਆ, ਜਿਹਦੇ ਵਿੱਚ ਅਰਚਰੀ ਤੇ 5 ਸਿੰਘਾਂ ਨਾਲ 1 ਸਿੰਘ ਦੀ ਲੜਾਈ ਦਾ ਕੰਪੀਟੀਸ਼ਨ ਸੀ, ਜਿਹੜਾ ਪਹਿਲੀ ਵਾਰ ਹੋਇਆ ਸੀਗਾ। ਕਿਉਂਕਿ ਪਿਛਲੇ ਸਮੇਂ 'ਚ ਰਾਜੇ ਮਹਾਰਾਜਾ ਸਮੇਂ ਇੱਕ ਟੈਸਟ ਲੈ ਕੇ ਜਰਨੈਲ ਬਣਾਏ ਜਾਂਦੇ, ਸੋ ਟੈਸਟ ਗੁਰਦੁਆਰਾ ਦਸ਼ਮੇਸ਼ ਦੁਆਰ, ਗੁਰਦੁਆਰਾ ਸੁੱਖ ਸਾਹਿਬ ਨਿਊ ਬੈਟ, ਗੁਰੂ ਨਾਨਕ ਸਿੰਘ ਗੁਰਦੁਆਰਾ ਦੇ ਵੱਲੋਂ ਸਾਂਝੇ ਤੌਰ 'ਤੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ, ਜਿਹਦੇ ਵਿੱਚ ਸੋਨੇ ਦੇ ਮੈਡਲ ਤੇ ਪੁਰਾਤਨ ਸ਼ਾਸਤਰ ਦਿੱਤੇ ਗਏ ਸੀ। ਹਾਂਜੀ ਬਲਨੂਰ ਕੌਰ, ਅਮਨਤ ਕੌਰ, ਇਹਨਾਂ ਨੇ ਵੀ ਚੈਂਪੀਅਨਸ਼ਿਪ 'ਚ ਭਾਗ ਲਿਆ ਸੀ ਤੇ ਬਲਨੂਰ ਕੌਰ ਚੈਂਪੀਅਨ ਬਣੀ ਸੀ, ਤੇ ਇੱਧਰ ਮਨਤ ਕੌਰ ਜਿਹੜੀ ਆ ਉਹ ਬਹਾਦਰ ਬਣੀ ਸੀ, ਇਹਨੇ ਵੀ ਪ੍ਰਾਈਜ਼ ਜਿੱਤਿਆ ਸੀ। ਦੋਏ ਜਿਹੜੀਆਂ ਤੇਜ਼ ਤਰਾਰ
ਪੂਰੀਆਂ ਲੜਾਕੂ ਸ਼ਾਬਾਸ਼ ਤੇਰੇ ਖਿੱਚ ਕੇ ਚਲੋ ਅਜੋ ਜੀ ਅਜੋ ਫਰੀ ਸੋਟੀ ਪ੍ਰਤਾਪ ਸਿੰਘ ਮਿਲਨਜੀਤ ਕੌਰ ਕੌਮਜ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਦੂਰ ਦਰੇਜੇ ਤੋਂ ਸੰਗਤਾਂ ਪੁੱਜੀਆਂ ਨੇ, ਸੰਗਤਾਂ ਜੀ ਦੀ ਇੱਕ ਸਿੰਘ ਨੂੰ ਪਾਤਸ਼ਾਹ ਸਿੰਘ ਪੈ ਨੇ ਤੇ ਸਿੰਘ ਸਵਾ ਲੱਖ ਸਿੰਘ ਲੱਖਾਂ ਦੀ ਗਿਣਤੀ ਨਾਲ ਲੜ ਰਿਹਾ। ਸੋ ਦੇਖੋ ਬਹੁਤ ਵਧੀਆ ਇਹ ਨਜ਼ਾਰਾ। ਸੋ ਗੁਰੂ ਪਿਆਰਿਓ, ਆਪਾਂ ਨੇ ਵੀ ਆਪਣੀ ਨਿਵਾਸ ਹੈ ਗੁਰੂ ਸਾਹਿਬ ਦੇ ਪ੍ਰੇਮ ਦਾ ਕਿੰਨਾ ਜੋੜਨਾ ਹੈ। ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।